ਰਸ ਨਗਰ ਤੋਂ ਕਰਦਾ ਬਾਬਾ ਜੀ, ਅੱਜ ਤੋਂ ਤਕਰੀਬਨ 1400 ਸਾਲ ਪਹਿਲੇ, ਕਿੰਨੇ ਸਾਲ ਪਹਿਲੇ? 1400 ਸਾਲ ਪਹਿਲੇ ਇੱਕ ਕਾਨੂੰਨ ਆ ਕਿ ਉਸ ਵਕਤ ਰਿਆਸਤਾਂ ਆਪਣਾ ਆਪਣਾ ਪਹਿਲਵਾਨ ਤਿਆਰ ਕਰਦੀ, ਆਪਣਾ ਆਪਣਾ ਪਹਿਲਵਾਨ ਤਿਆਰ ਕਰਦੀਆਂ, ਦੂਸਰੇ ਮੁਲਕ ਦੀ ਰਿਆਸਤ ਨੂੰ ਚੈਲੰਜ ਕਰਦੀਆਂ, ਦੋਵਾਂ ਰਿਆਸਤਾਂ ਦੇ ਪਹਿਲਵਾਨ ਆਪਸ 'ਚ ਲੜਾਈ ਕਰਦੇ ਨੇ, ਜਿਹਦਾ ਜਿੱਤ ਜਾਂਦਾ ਹੈ ਉਹ ਮੁਲਕ ਫਤਿਹਯਾਬ ਹੋ ਜਾਂਦਾ ਹੈ, ਜਿਹੜਾ ਪਹਿਲਵਾਨ ਡੱਟ ਜਾਂਦਾ ਹੈ ਉਹ ਮੁਲਕ ਬੋਲੋ ਸ਼ਿਕਸਤ ਫੁਰਦਾ ਹੋ ਜਾਂਦਾ, ਹਾਰ ਜਾਂਦਾ। ਇਵੇਂ ਹੀ ਮੁਲਕ ਸ਼ਾਮ 'ਚ ਸ਼ਾਮ ਦੇ ਸਰਬਰਾਹਾਂ ਇੱਕ ਪਹਿਲਵਾਨ ਤਿਆਰ ਕੀਤਾ ਹੈ ਜਿਸਦਾ ਨਾਮ ਹੈ ਜ਼ਰਦਾਨ ਕੰਦੀ। ਕਿਆ ਨਾਮ ਹੈ? ਜ਼ਰਦਾਨ ਕੰਦੀ। ਬਿਸਮਿਲ੍ਲਾ, ਜ਼ਰਦਾਨ ਕੰਦੀ ਉਸ ਪਹਿਲਵਾਨ ਦਾ ਨਾਮ ਹੈ। ਉਹ ਇੱਕ ਵਕਤ ਐਸਾ ਆਇਆ ਜੇ ਵੇਲੇ ਅੱਲਾਹ ਦੇ ਰਸੂਲ ਨੇ ਨਬੂਵਤ ਦਾ ਐਲਾਨ ਕੀਤਾ, ਮੈਂ ਅੱਲਾਹ ਦਾ ਨਬੀ ਹਾਂ, ਆਓ ਮੇਰੇ ਕੋਲ ਸਲਾਹ ਕਰੋ। ਸਮਝ ਆ ਰਹੀ ਹੈ? ਨਾਰਾਏ ਹੈਦਰੀ ਉਹਨਾਂ ਕਰੀਬ ਬੁਲਾ ਗਿਆ ਕਿ ਅਸਾਂ ਤੇਰੇ 'ਤੇ ਇਤਨਾ ਖਰਚਾ ਕੀਤਾ ਹੈ, ਇਤਨਾ ਟਾਈਮ ਤੇਰੇ 'ਤੇ ਲਗਾਇਆ ਹੈ, ਇਤਨਾ ਮਾਲੋ ਦਰ ਤੇਰੇ 'ਤੇ ਸਰਫ ਕੀਤਾ ਹੈ, ਜਾਣਦਾ ਹੈ ਉਹਦਾ ਮਕਸਦ ਕਿਆ ਹੈ? ਸਾਖੀ ਮੈਂ ਜਾਣਨਾ, ਮੈਂ ਕਿਹਾ ਪਾਸੇ ਮਹਾਸ 'ਤੇ ਜਾਣਾ। ਉਹਨਾਂ ਕਿਹਾ ਬਸ ਤੇਰਾ ਮੋਹਤਰਮ ਵਕਤ ਕਰੀਬ ਆ ਗਿਆ। ਕਿਹੜਾ? ਉਹਨੇ ਕਿਹਾ ਇਹ ਮਦੀਨੇ ਦਾ ਨਾਮ ਸੁਣਿਆ? ਸਾਖੀ ਹਾਂ। ਉਹਨਾਂ ਕਿਹਾ ਮਦੀਨੇ 'ਚੋਂ ਦੀਨੇ ਇਸਲਾਮ ਨਵਾਂ ਪਿਆ ਉੱਠਦਾ ਹੈ। ਵਾਹ 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 ਵਾਹ, ਦੀਨੇ ਇਸਲਾਮ ਨਵਾਂ ਪਿਆ ਉੱਠਦਾ ਹੈ, ਤਾਂ ਇਹ ਮਦੀਨੇ ਜਾਮਣਾ ਹੈ। ਮਦੀਨੇ ਦਾ ਇੱਕ ਬਾਦਸ਼ਾਹ ਹੈ ਜਿਹੜਾ ਦੀਨ ਦਾ ਬਾਨੀ ਹੈ, ਉਸਦਾ ਨਾਮ ਮੁਹੰਮਦ ਹੈ, ਉਸਦਾ ਇੱਕ ਨਾਇਬ ਜਿਸਦਾ ਨਾਮ ਅਲੀ। ਵਾਹ 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 ਵਾਹ, ਉਸਦਾ ਇੱਕ ਨਾਇਬ ਹੈ ਜਿਸਦਾ ਨਾਮ ਬੋਲੋ ਹੁਸੈਨ ਅਲੀ ਹੈ, ਤਾਂ ਇਹ ਮਦੀਨੇ ਵੰਜਣਾ ਹੈ। ਮੁਹੰਮਦ ਨੂੰ ਭਾਵੇਂ ਕੁਝ ਆਖੇ ਅਤੇ ਭਾਵੇਂ ਕੁਝ ਨਾ ਆਖੇ, ਉਹ ਜਿਹੜਾ ਨਾਇਬ ਆ ਨਾ ਮੁਹੰਮਦ ਦਾ, ਉਹਦਾ ਸਿਰ ਲੈ ਆ। ਜਦੋਂ ਜਰਨੈਲ ਹੀ ਨਹੀਂ ਆਉਣਗੇ ਤਾਂ ਨਾ ਮਿਸ਼ਨ ਚੱਲੇਗਾ, ਅਸਾਂ ਫਤਿਹਯਾਬ ਹੋ ਜਾਵਾਂਗੇ। ਹਾਂ ਤਾਂ ਠੀਕ, ਕਦੋਂ ਵੰਜਣਾ? ਹੁਣ ਵੰਜਾਂ? ਸੁਬਹ ਵੰਜਾਂ? ਵਾਦੇ ਨਹੀਂ, ਹੁਣ ਆਰਾਮ ਕਰ, ਸੁਬਹ 12 ਵਜੇ ਸ਼ਬ ਗੁਜ਼ਰੀ ਡੀ ਚੜਿਆ। ਇਹ ਪਹਿਲਵਾਨ ਤਾਕਤ ਔਰ ਨਸ਼ੇ ਦੇ ਖੁਮਾਰੀ 'ਚ, ਮੈਂ ਨਾਮ ਪੁੱਛਣਾ ਵਿਚਕਾਰ ਜਾ ਕੇ ਪਹਿਲਵਾਨ ਦਾ ਨਾਮ ਕਿਹਾ ਹੈ, ਇਹ ਤੁਰ ਪਿਆ ਹੈ। ਇਹ ਪੁੱਛਦਾ ਪੁੱਛਾਂਦਾ ਮਦੀਨਤੁਰ ਰਸੂਲ 'ਚ ਆਏ, ਸੁਣਦੇ ਬੈਠੇ ਮੁਹੱਲਾ ਬਨੀ ਹਾਸ਼ਮ ਦਾ ਪੁੱਛਣਾ ਸ਼ੁਰੂ ਕੀਤਾ ਹੈ। ਮੁਹੱਲਾ ਬਨੀ ਹਾਸ਼ਮ 'ਚ ਆ ਕੇ ਇਲਮ ਦੇ ਸ਼ਹਿਰ ਦੇ ਦਰਵਾਜ਼ੇ 'ਤੇ ਅੱਜ ਖੜਾ ਹੋ ਗਏ। ਵਾਹ 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 ਵਾਹ, ਇਸ ਲੋਕਾਂ ਆਖਿਆ ਇਹ ਅਲੀ ਦਾ ਵੇਲਾ ਇੱਕ ਅੱਛਾ, ਇਸ ਦਕੁਲ ਬਾਗ ਕੀਤੀ, ਅੱਲਾਹ ਇਸ ਦਕੁਲ ਬਾਗ ਕੀਤੀ, ਕਵੀ ਹੈਕਰ ਇਨਸਾਨ ਹੈ, ਜੋ ਹੈਕਰ ਇਨਸਾਨ ਹੈ। ਅੱਛਾ, ਮੋਤਰਮ ਇਸਦੇ ਲੱਕ ਦੇ ਨਾਲ ਇੱਕ ਵਜ਼ਨੀ ਆਹਨੀ ਜ਼ੰਜੀਰ ਬੱਧੀ ਹੋਈ, ਜਦੋਂ ਇਹ ਤੁਰਦਾ ਹੈ ਉਹ ਜ਼ੰਜੀਰ ਜ਼ਮੀਨ 'ਤੇ ਖਤਮ ਹੋ ਜਾਂਦੀ ਹੈ, ਲੀਕ ਕੇ ਖਿੱਚਦੀ ਹੈ। ਇਸ ਦਰਵਾਜ਼ਾ ਖਿਚਖਟਾਇਆ, ਅਲੀ ਬਾਦਸ਼ਾਹ ਦਾ ਬੂਹਾ ਖੁੱਲ੍ਹਿਆ, 4 ਜਾਂ 5 ਸਾਲ ਦਾ ਸਿੰਘ ਹੈ ਉਮਰ ਬਨੀਨ ਦੇ ਲਾਲ ਦਾ। ਵਾਹ 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 ਵਾਹ, 4 ਜਾਂ 5 ਸਾਲ ਦਾ ਸਿੰਘ ਹੈ ਉਮਰ ਬਨੀਨ ਦੇ ਲਾਲ ਦਾ, ਸ਼ਹਿਜ਼ਾਦੇ ਦੀਆਂ ਚੋਟੀਆਂ ਹਵਾਵਾਂ 'ਚ ਪੀ ਉੱਠਦੀਆਂ। ਇਸ ਆਗੇ ਪੁੱਛਿਆ, ਐ ਬੰਦਾ ਹੈ ਖੁਦਾ, ਤਾਂ ਕਿਸ ਨੂੰ ਮਿਲਣਾ? ਹੁਣ ਇਹਨੂੰ ਯਾਦ ਹੈ ਕਿ ਬੱਚਾ ਹੈ, ਮੈਂ ਜਵਾਨ ਹਾਂ, ਮੈਂ ਪਹਿਲਵਾਨ ਹਾਂ। ਇਹ ਆਦਾ ਮੈਂ ਜੇ ਤੂੰ ਮਿਲਣਾ, ਇਹ ਦੱਸਾ ਅਲੀ ਦਾ ਬੁਹਾ ਹੀ ਹੋਏ। ਵਾਹ ਵਾਹ ਵਾਹ, ਅਲੀ ਦਾ ਬੁਹਾ ਹੀ ਹੋਏ, ਸ਼ਹਿਜ਼ਾਦਾ ਦਾ ਦਰਵਾਜ਼ਾ ਅਤੇ ਅਲੀ ਦਾ ਇਹ ਹੈ, ਤੂੰ ਦੱਸਾ ਵੱਤ ਕਹਿ ਤੂੰ ਮਿਲਣਾ ਹੈ। ਇਹ ਆਦਾ ਮੈਂ ਮੁਲਕ ਸ਼ਾਮ 'ਚੋਂ ਆਇਆ, ਮੈਂ ਅਲੀ ਦੇ ਨਾਲ ਜੰਗ ਕਰਨੀ। ਕਿਆ ਆਖਿਆ ਸੂ? ਜੰਗ ਕਰਨੀ, ਜੰਗ ਕਰਨੀ। ਇਹ ਸ਼ਹਿਜ਼ਾਦਾ ਦੇ ਅਲੀ ਮੌਲਾ ਮਸਜਿਦ 'ਚ ਨਮਾਜ਼ ਵਜੇ ਪੜ੍ਹਦੀ। ਵਾਹ ਵਾਹ, ਅਲੀ ਮੌਲਾ ਨਮਾਜ਼ ਵਜੇ ਪੜ੍ਹਦੇ, ਇਹ ਪਹਿਲਵਾਨ।
ਦੱਸਿਆ ਜ਼ਰਦਾਨ ਕਹਿੰਦੀ ਟੁਰਦਾ ਟੁਰਦਾ ਮਸਜਿਦ ਵੱਲ ਰੁੱਖ ਕੀਤਾ ਹੈ ਇਹਦੇ ਰੁੱਖ ਕਰਨ ਦੀ ਦੇਰ ਆਈ ਇਹਨੂੰ ਵਫਾ ਦੇ ਕਾਬੇ ਨੇ ਆਪਣਾ ਸੱਜਾ ਪੈਰ ਇਸ ਦੀ ਜ਼ੰਜੀਰ ਤੇ ਰੱਖ ਦਿੱਤਾ ਹੈ ਵਾਹ 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 ਆਪਣਾ ਸੱਜਾ ਪੈਰ ਇਸ ਦੀ ਜ਼ੰਜੀਰ ਤੇ ਰੱਖ ਦਿੱਤਾ ਹੈ ਜ਼ੰਜੀਰ ਰੁੱਕ ਗਈ ਇਸ ਹਿਲਾਉਣ ਦੀ ਕੋਸ਼ਿਸ਼ ਕੀਤੀ ਨਾ ਹਿਲੀ ਅਗਰ ਕਹਿ ਮਹਲ ਦੇ ਨਾਲ ਮੇਰਾ ਜ਼ੰਜੀਰ ਅੜ ਗਿਆ ਹੈ ਤੇ ਮੈਂ ਸਰਦਾਨ ਕੰਦੀਆ ਥਾਂ ਕਿ ਮੇਰੀ ਜ਼ੰਜੀਰ ਕੁਛ ਛੋੜ ਦੇ ਜ਼ੰਜੀਰ ਨਹੀਂ ਛੁੱਟਾ ਇਸ ਚਿਹਰਾ ਪਵਾ ਕੇ ਡਿੱਠਾ ਉਹ ਚਾਰ ਜਾਂ ਪੰਜ ਸਾਲ ਦਾ ਸ਼ਹਿਜ਼ਾਦਾ ਆਪਣੇ ਕਦਮ ਜ਼ੰਜੀਰ ਤੇ ਰੱਖੀ ਬੈਠੇ ਚਾਰ ਜਾਂ ਪੰਜ ਸਾਲ ਦਾ ਸ਼ਹਿਜ਼ਾਦਾ ਤਾਰੀਖ ਜਿਸਦਾ ਨਾਮ ਅਬਾਸ ਇਬਨ ਅਲੀ ਲਿਖਿਆ ਵਾਹ ਵਾਹ ਪੈਰ ਰੱਖੀ ਬੈਠਾ ਹੈ ਇਹ ਵਾਪਸ ਆ ਕਹਿੰਦਾ ਉਹ ਬੱਚੇ ਮੇਰੀ ਜ਼ੰਜੀਰ ਤੇ ਪੈਰ ਤੈਅ ਰੱਖਿਆ ਸ਼ਹਿਜ਼ਾਦਾ ਦੇ ਬੱਚੇ ਬੱਚੇ ਨਾ ਆਖ ਜੇ ਬਚ ਕੇ ਜਾਏਗਾ ਤੇ ਵੱਧ ਬੱਚੇ ਆਖੀ ਅਦਾ ਚਾਹ ਲੜਕੇ ਅਲੀ ਦੇ ਚਿਹਰੇ ਦਾ ਮਾਲਕ ਕਹਿੰਦਾ ਲੜਕੇ ਲੜਕੇ ਨਾ ਆਖ ਆ ਵੇਖ ਲੜਕੇ ਹਾਸ਼ਮੇ ਦਾ ਵੈਰ ਕਹਿੰਦੇ ਖੁਦਾ ਤੂੰ ਵਾਰ ਕਰ ਲੈ ਤੇਰੇ ਦਿਲ ਚ ਨਾ ਰਹਿ ਜਾਏ ਸਰਦਾਰ ਕਹਿੰਦੀ ਅਬਾਸ ਤੇ ਵਾਰ ਕੀਤਾ ਹੈ ਬਤੂਲ ਦੀ ਦੁਆ ਉਸਦਾ ਵਾਰ ਰੱਦ ਕੀਤਾ ਬਤੂਲ ਦੀ ਦੁਆ ਸਰਦਾਰ ਦਾ ਵਾਰ ਰੱਦ ਕੀਤਾ ਹੈ ਬਸ ਅਬਾਸ ਉਸਦੇ ਜੱਬੂ 'ਚ ਹੱਥ ਪਾਇਆ ਹੱਥ ਪਾ ਕੇ ਅਲੀ ਦਾ ਨਾਮ ਚਾਹ ਕੇ ਨਾਦੇ ਅਲੀ ਪੜ ਕੇ ਹਵਾਵਾਂ ਵੱਲ ਸੱਟਿਆ ਇਹ ਜ਼ਮੀਨ ਤੇ ਆਏ ਜ਼ਮੀਨ ਤੇ ਆਉਣ ਦੀ ਦੇਰ ਠੱਠਾ ਹੈ ਫੌਰਨ ਉਮਰ ਬਨੀਨ ਦੇ ਲਾਲ ਅਗਾਂ ਕੇ ਆਪਣਾ ਪੈਰ ਇਸ ਦੀ ਛਾਤੀ ਤੇ ਰੱਖ ਦਿੱਤਾ ਆਪਣਾ ਪੈਰ ਇਸ ਦੀ ਛਾਤੀ ਤੇ ਰੱਖ ਦਿੱਤਾ ਹੈ ਉਹ ਆ ਦਰਵਾਜ਼ਾ ਜਿੱਥੋਂ ਪਹਿਲਾਂ ਵਫਾ ਦਾ ਕਿਰਦਗਾਰ ਬਰਾਮਦ ਹੋਇਆ ਹੈ ਹੁਣ ਸਬਰ ਦਾ ਖਾਲਿਕ ਬਰਾਮਦ ਹੋਇਆ ਖਲੀਲੇ ਕਰਬਲਾ ਬਰਾਮਦ ਹੋਇਆ ਹੈ ਨਵਾਬੇ ਕਰਬਲਾ ਬਰਾਮਦ ਹੋਇਆ ਹੈ ਸੁਲਤਾਨ ਨੇ ਨਵਾਬ ਬਰਾਮਦ ਹੋਇਆ ਹੈ ਆਦਮ ਮਾਰੀਆ ਬਰਾਮਦ ਹੋਇਆ ਹੈ ਉਹ ਦਰਵਾਜ਼ੇ ਦੇ ਖੜਾ ਹੈ ਕੌਣ ਜਿਸ ਜ਼ਮਾਨੇ ਤੇ ਆਉਂਦੇ ਇਹਨਾਂ ਦੀ ਜ਼ੁਬਾਨ ਪਹਿਲੇ ਆਪ ਲੈ ਲਈਏ ਜਿਸ ਨੂੰ ਜਨਮ ਵੀ ਆਖਿਆ ਜਾਂਦਾ ਹੈ ਉਹ ਹੈ ਉੱਥੇ ਮੇਰੇ ਮੌਲਾ ਫਰਮਾਇਆ ਬਸ ਇਹ ਕਿਆ ਹੈ ਫੌਰਨ ਡਿੱਠਾ ਹੈ ਵਫਾ ਦੀ ਆਇਤ ਨੇ ਸਬਰ ਦੇ ਕੁਰਾਨ ਦੇ ਚਿਹਰੇ ਤਲਾਵਤ ਕੀਤੀ ਹੈ ਉੱਥੋਂ ਹੀ ਪੈਰ ਛੋੜ ਦਿੱਤਾ ਆਖਿਆ ਮੌਲਾ ਹੈ ਬਾਬੇ ਦਾ ਦੁਸ਼ਮਣ ਹੈ ਮੌਲਾ ਇਹ ਬਾਬੇ ਦਾ ਦੁਸ਼ਮਣ ਹੈ ਮੇਰਾ ਮੌਲਾ ਫਰਮਾਉਂਦਾ ਅਬਾਸ ਇਸ ਨੂੰ ਛੋੜ ਦੇ ਅਬਾਸ ਇਸ ਨੂੰ ਛੋੜ ਦੇ ਅਜਾ ਛੋੜ ਦੇਣ ਦੀ ਅੜੇ ਨਹੀਂ ਮੁੱਕੀ ਉਮਰ ਬਨੀਨ ਦੇ ਲਾਲ ਆਪਣਾ ਪੈਰ ਚਾਲਿਆ ਇਹ ਤੋੜੇ ਮੁਸ਼ਰਕ ਆਈ ਤੋੜੇ ਕਾਫਿਰ ਆਈ ਤੋੜੇ ਯਹੂਦੀ ਆਈ ਤੋੜੇ ਗੈਰ ਮਜ਼ਹਬ ਆਈ ਤੋੜੇ ਗੈਰ ਮੁਸਲਿਮ ਆਈ ਫੌਰਨ ਅਬਾਸ ਦੇ ਪੈਰ ਚੁੰਮੇ ਹੁਸੈਨ ਦਾ ਚਿਹਰਾ ਡਿੱਠਾ ਹੈ ਵਕਤ ਅਬਾਸ ਦੇ ਪੈਰ ਚੁੰਮੇ ਹੁਸੈਨ ਦਾ ਚਿਹਰਾ ਡਿੱਠਾ ਹੈ ਕਹਿੰਦਾ ਹੁਸੈਨ ਵੱਲ ਡਿੱਠਦਾ ਹੈ ਕਹਿੰਦਾ ਅਬਾਸ ਵੱਲ ਡਿੱਠਦਾ ਹੈ ਤੂੰ ਚਿੱਠਿਆ ਤਾਂ ਕਿ ਗੁਲਜ਼ਾਰ ਏ ਸ਼ੁਜਾਤ ਕੀ ਦਿਲ ਆਵੇਜ਼ ਕਲੀ ਹੈ ਅਲਮਾਨਾ ਦੇ ਗੁਲਜ਼ਾਰ ਏ ਸ਼ੁਜਾਤ ਕੀ ਦਿਲ ਆਵੇਜ਼ ਕਲੀ ਹੈ ਜਾਨੋ ਦਿਲ ਹੈਦਰ ਹੈ ਵਲੀ ਇਬਨ ਵਲੀ ਹੈ ਉਹਦੇ ਸ਼ਬੀਰ ਸ਼ਬੀਰ ਮੁਹੰਮਦ ਹੈ ਅਗਰ ਆਪਣੇ ਅਹਿਦ ਕੇ ਅਬਾਸ ਸ਼ਰੀ ਆਪਣੇ ਜ਼ਮਾਨੇ ਕਾ ਅਲੀ ਹੈ ਨਾਰਾਏ ਹੈਦਰੀ ਹੈਦਰੀ ਵਾਦੇ ਅਬਾਸ ਸ਼ਰੀ ਆਪਣੇ ਜ਼ਮਾਨੇ ਕਾ ਅਲੀ ਹੈ ਚਲੋ ਫੂਲ ਕੀ ਸੂਰਤ ਅਵਲ ਕੋ ਕਲੀ ਕਹਤੇ ਹੈ ਵਾਹ 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 ਫੂਲ ਕੀ ਸੂਰਤ ਅਵਲ ਕੋ ਕਲੀ ਕਹਤੇ ਹੈ
ਜਿਹੜੀ ਉਹਦੀ ਬੇਸਿਕ ਭਾਸ਼ਾ ਨੂੰ ਉਹਦੀ ਗੱਲ ਕਰਦਾ ਪਿਆ ਕਿ ਫੂਲ ਕੀ ਸੂਰਤ ਹੈ ਅਵਲ ਕੋ ਕਲੀ ਕਹਿ ਲੈ ਤੁਸੀਂ ਕਹਿੰਦੇ ਆਖ ਲੈ ਤੇ ਮੈਂ ਵਾਤਾ ਦਾ ਸਬਰ ਦਿੰਦਾ ਫੂਲ ਕੀ ਸੂਰਤ ਹੈ ਅਵਲ ਕੋ ਕਲੀ ਕਹਿੰਦੇ ਹੈ ਫਹਿਮੋ ਇਦਰਾਕ ਔਰ ਰਸਾਲਤ ਕਾ ਵਲੀ ਕਹਿੰਦੇ ਹੈ ਫਹਿਮੋ ਇਦਰਾਕ ਔਰ ਰਸਾਲਤ ਕਾ ਵਲੀ ਕਹਿੰਦੇ ਹੈ ਆਪਣੇ ਮਹਿਮਾਨ ਸੇ ਆਪਣੇ ਮਹਿਮਾਨ ਸੇ ਅੱਲਾਹ ਨਾ ਮਿਲੇ ਜਿਸਕੇ ਬਗੈਰ ਅਰੇ ਉਸ ਵਸੀਲੇ ਕੋ ਸ਼ਰੀਅਤ ਮੇ ਅਲੀ ਕਹਿੰਦੇ ਹੈ ਮਾਸ਼ਾਅੱਲਾ ਭਾਈ ਮਾਸ਼ਾਅੱਲਾ ਨਾਰਾਏ ਹੈਦਰੀ ਅਲੀ ਉਸ ਵਸੀਲੇ ਕੋ ਸ਼ਰੀਅਤ ਮੇ ਅਲੀ ਕਹਿੰਦੇ ਹੈ ਉਹਨੇ ਪੁੱਛੀ ਸਲਵਾਤ ਕੋ ਮੌਲਾ ਜੀ ਅੱਲਾਹੁਮਾ سميع العليم واہ واہ اللہ بلا بسم اللہ واہ واہ ماشاءاللہ الرحمن الرحیم سلام اللہ ਬਹੁਤ ਸ਼ੁਕਰੀਆ
ਮੈਂ ਤੁਹਾਡੇ ਇੱਥੇ ਬਹਾਨਾ ਦੱਸਣਾ ਕਿ ਇੱਥੇ ਬਹਾਨਾ ਲਾਏਗਾ ਨਹੀਂ। ਖੁਦਾ ਪਾਕ ਦੀ ਕਸਮ ਮੇਰੇ ਉਸਤਾਦ ਦੇ ਮੌਕੇ ਤੋਂ ਮਜ਼ਬੂਰ ਆਉਂਦੇ ਨੇ ਕਿ ਜਿਹੜੀ ਜ਼ਬਾਨ ਚੌਕ 'ਚ ਬੋਲੇ ਅਤੇ ਹੁਸੈਨ ਦੀ ਮਜਲਿਸ 'ਚ ਨਾ ਬੋਲੇ ਉਹਦਾ ਕੋਈ ਫਾਇਦਾ ਨਹੀਂ। ਵਾਹ ਵਾਹ। ਅੱਛਾ, ਤੁਹਾਡੇ ਇੱਥੇ ਬੋਲਣਾ ਪਤਾ ਉਦੋਂ ਲੱਗਣੇ ਬਾਬਾ ਜੀ ਜਦੋਂ ਤਾਰੀਖ ਘਰ ਹੋਣੇ ਤੇ ਸਰਾਣਿਆਂ ਦੀ ਜਿਹਨਾਂ ਦਾ ਪ੍ਰੋਗਰਾਮ ਵਿੱਚ ਮੈਂ ਕੱਲ੍ਹ ਵਾਲਾ ਕਸੀਦਾ ਉੱਥੇ ਕੰਟੈਕਟ ਕਰਾਂ। ਬਸ ਇੱਕ ਵਾਰ ਅਲੀ ਦੇ ਨਾਮ ਦਾ ਨਾਰਾ ਹੋਣਾ
ਅਲੀ ਦੇ ਬੂਏ ਜਿਹੜਾ ਵਾਹ ਵਾਹ ਜੀ ਹੋ ਮੰਨਿਆ ਨਹੀਂ ਤੇ ਵਾਹਦ ਬਕੂਲ ਦੇ ਦਰਵਾਜ਼ੇ ਨੂੰ ਸ਼ਰਬਤ ਲੈ ਅੱਲਾ ਦਾ ਰਸੂਲ ਆ ਕੇ ਫਾਰ ਦਿੰਦਾ ਕਿਆ ਮੈਂ ਅੰਦਰ ਆ ਜਾਵਾਂ ਵਾਹ 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 ਇਸ ਵਾਰ ਪਿਆ ਗਿਆ ਖਾਣ ਪੀਣਾ ਨਬੀ ਨੂੰ ਉਹਦਾ ਪੈ ਗਿਆ ਅਲੀ ਦੇ ਜਿਹੜਾ ਪੈ ਗਿਆ ਉਹਨਾਂ ਕਿਹਾ ਯਾਰ ਜੋ ਵੀ ਸੀ ਅਲੀ ਦੇ ਬੂਏ ਜਿਹੜਾ ਬਹਿ ਗਿਆ ਹੱਕ ਜੰਨਤਾਂ ਨੂੰ ਵੇਚਣ ਦਾ ਲੈ ਗਿਆ ਅਲੀ ਦੇ ਬੂਏ ਜਿਹੜਾ ਬਹਿ ਗਿਆ ਸੱਤਾਂ ਦੇ ਗੌਰ ਕਰਦੀ ਆਈ ਇਹਨਾਂ ਆਖਿਆ ਯਾਰ ਚੰਗੀ ਗੱਲ ਨੀ ਵੈਸੇ ਹੋਈ ਜੋ ਵੀ ਸੀ ਉਹ ਖਲੀਫੇ ਦਾ ਭਰਾ ਹੈ ਮਰ ਗਿਆ ਪਹਿਲੋ ਜਿਹੜੀ ਗੱਲ ਆਖੀ ਤੁਸੀਂ ਤੇ ਮੈਨੂੰ ਇੱਕ ਵਾਰ ਵੇਖਿਆ ਲਓ ਤਾਂ ਮੈਂ ਤਾਰ ਕਰਾਵਾਂ ਮੈਂ ਕੌਣ ਮੈਂ ਕਿਹੜੇ ਬੂਹੇ ਤੇ ਬੈਠਾ ਕਰਕੇ ਬਹੁਤ ਟੈਰਰਿਜ਼ਮ ਆਮ ਕਰਕੇ ਸ਼ੀਆ ਨੇ ਹੈਦਰ ਕਰਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਕਸਮ ਖੁਦਾ ਪਾਕ ਦੀ